ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਪਰ ਇਸ ਆਫ਼ਤ ਦੀ ਘੜੀ 'ਚ ਵੀ ਕੁਝ ਲੋਕ ਸਰਕਾਰ ਨੂੰ ਚੂਨਾ ਲਗਾਉਣ ਨੂੰ ਫਿਰਦੇ ਨੇ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਜਾਣਕਾਰੀ ਮੁਤਾਬਿਕ ਇੱਕ ਸ਼ਖਸ ਵੱਲੋਂ ਹੈਲਪਲਾਈਨ ਤੇ ਫੋਨ ਕਰਕੇ ਇਹ ਦੱਸਿਆ ਗਿਆ ਕਿ ਉਸ ਦਾ ਪਰਿਵਾਰ 4 ਦਿਨਾਂ ਤੋਂ ਭੁੱਖਾ ਬੈਠਾ ਹੋਇਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ 'ਚ ਆਇਆ ਤੇ ਪੁਲਿਸ ਨੂੰ ਉਸ ਦੇ ਘਰ ਜ਼ਰੂਰੀ ਵਸਤਾਂ ਮੁਹੱਈਆ ਕਰਾਉਣ ਦਾ ਹੁਕਮ ਜਾਰੀ ਕੀਤਾ ਗਿਆ। ਪਰ ਜਦੋਂ ਪੁਲਿਸ ਵਿਅਕਤੀ ਦੇ ਘਰ ਪਹੁੰਚੀ ਤਾਂ ਉੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਉਸ ਵਿਅਕਤੀ ਦੇ ਘਰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ, ਸਗੋਂ ਉਸ ਦੇ ਘਰ ਹਰ ਜ਼ਰੂਰਤ ਦੀ ਚੀਜ਼ ਮੌਜੂਦ ਸੀ, ਜਿਸ ਦੀ ਮੌਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਮਾਰੋ ਇੱਕ ਨਜ਼ਰ ਇਸ ਵੀਡੀਓ ਤੇ ਅਤੇ ਦਿਓ ਆਪਣੇ ਵਿਚਾਰ। ਤੇਰੇ ਘਰ ਸਭ ਬਣਦਾ ਦੇਣਾ ਜੀ, ਮੈਂ ਜਿਹੜੀ ਗੱਲ ਕਰਦਾ ਜਵਾਬ ਦੇ। ਇਸ ਆਫ਼ਤ ਦੀ ਘੜੀ ਚ ਆਪਾਂ ਹਿੰਦੁਸਤਾਨ ਨਾਲ ਖੜਨਾ ਕਿ ਨਹੀਂ ਖੜਨਾ? ਆਟਾ ਚੁੱਕਦਾ ਵੇਟ ਕਰ ਤੂੰ ਕੋਈ ਗੱਲ ਨੀ, ਆਟਾ ਦੇਖੋ ਤੁਹਾਡੇ ਡੱਬੇ ਚ ਪਿਆ, ਮੈਂ ਜਿਹੜੀ ਗੱਲ ਕਰਦਾ ਉਹਦਾ ਜਵਾਬ ਦਿਓ। ਚਾਰ ਤੁਹਾਡੇ ਕੋਲ ਸਿਲੰਡਰ ਆ, ਆਲੂ ਪਿਆ ਸਾਰਾ ਕੁਝ ਪਿਆ ਜੀ, ਚਾਰ ਸਿਲੰਡਰ ਆ ਜੀ ਤੁਹਾਡੇ ਕੋਲ, ਤਿੰਨ ਚਾਰ ਨਹੀਂ ਸਰ ਖਾਦੀ ਹੈ ਦੋ, ਜਿਹੜੀ ਗੱਲ ਤਿੰਨ ਸਿਲੰਡਰ, ਕਿੰਨੇ ਗਰੀਬ ਆ ਤੁਸੀਂ ਹੈ, ਦਾਲਾਂ ਤੁਹਾਡੇ ਕੋਲ ਪਈਆਂ, ਕਿਉਂ ਕਰਨਾ ਕਰਦੇ ਸਰਕਾਰਾਂ ਨੂੰ, ਰੱਬ ਤੋਂ ਡਰੋ ਥੋੜਾ ਬਹੁਤਾ, ਸਬਜ਼ੀ ਤੁਹਾਡੇ ਘਰ ਬਣੀ ਆ, ਰੋਟੀਆਂ ਤੇਰੇ ਕੋਲ ਬਣਦੀਆਂ, ਸਬਜ਼ੀ ਤੁਹਾਡੇ ਕੋਲ ਕੱਟੀ ਓਦਾਂ ਪਈ ਆ, ਹਰ ਚੀਜ਼ ਤੁਹਾਡੇ ਕੋਲ ਆ। ਤੂੰ ਮੈਨੂੰ ਫੋਨ ਕਰਦਾ ਤੇਰੇ ਕੋਲ ਕੌਣ ਨਹੀਂ ਆ, ਲਾਈ ਭੁੱਖੇ ਮਰਨਾ, ਦੇਖ ਕੀ ਨਹੀਂ ਆ ਤੇਰੇ ਕੋਲ, ਫਿਲਹਾਲ ਅਜਿਹੇ ਲੋਕਾਂ ਕਰਕੇ ਹੀ ਇਸ ਆਫ਼ਤ ਦੀ ਘੜੀ 'ਚ ਲੋੜਵੰਦ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹਿ ਸਕਦੇ ਨੇ। ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।